ਕੀ ਬੇਟਾ ਜਿਹੜੇ ਖਾਸ ਇੰਟਰਸਟ ਦੇ ਕਾਰਵਾਈ ਕੀਤੀ ਗਈ ਐਸ ਐਸ ਪੀ ਸਾਹਿਬ ਖੰਨਾ ਦੀਆਂ ਹਦਾਇਤਾਂ ਅਨੁਸਾਰ ਜੋ ਇਹ ਸਫਾ ਸੈਂਟਰ ਚੱਲ ਰਹੇ ਸਨ ਇਹਨਾਂ ਦੀ ਛਾਪਾਮਾਰੀ ਕੀਤੀ ਗਈ। ਖੰਨਾ ਦੇ ਕਰੀਬ 3-4 ਸਾਲਾਂ ਤੋਂ ਇਹ ਅਨਅਧਿਕਾਰ ਕੋ ਚੱਲ ਰਹੇ ਸਨ। ਗੁਪਤ ਸੂਚਨਾ ਦੇ ਆਧਾਰ 'ਤੇ ਜੋ ਇਹਨਾਂ 'ਤੇ ਛਾਪਾਮਾਰੀ ਕੀਤੀ ਗਈ, ਜੋ ਇੱਕ ਟੀਮ ਸੰਗਠਨ ਕੀਤਾ ਗਿਆ ਜਿਸ ਦੇ ਵਿੱਚ ਡੀ ਐੱਸ ਪੀ ਮਨਦੀਪ ਕੌਰ ਅਤੇ ਐੱਸ ਪੀ ਡੀ ਆਈ ਪੀ ਐੱਸ ਪ੍ਰਗਿਆ ਜੈਨ ਜੀ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਸੋ ਸੈਲੀਬ੍ਰੇਸ਼ਨ ਮਾਲ ਅਤੇ ਸਿਟੀ ਸੈਂਟਰ ਇਹਨਾਂ ਏਰੀਆ ਦੇ ਵਿੱਚ ਜਿਹੜੀ ਛਾਪਾਮਾਰੀ ਕੀਤੀ ਗਈ ਜਿਨ੍ਹਾਂ ਦੇ ਵਿੱਚ ਕਰੀਬ 8 ਮੁਲਜ਼ਮਾਂ 'ਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ, ਐੱਫ ਆਈ ਆਰ ਨੰਬਰ ਜੋ 70 ਹੈ ਉਹ ਅਧੀਨ 3-4-5 ਅਨੈਤਿਕ ਆਵਾਜਾਈ ਐਕਟ ਜੋ ਹੈ ਰੋਕਥਾਮ ਲਈ 1956 ਦਾ, ਉਸ ਦੇ ਅਧੀਨ ਜਿਹੜੀ ਆ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 4 ਲੇਡੀਜ਼ ਅਤੇ 1 ਜੈਂਟਸ, 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ 'ਚੋਂ 3 ਦੋਸ਼ੀ ਆ ਜਿਹੜੇ ਉਹਨਾਂ ਨੂੰ ਟੈਸਟ ਕਰਨਾ ਬਾਕੀ। ਹੋਰ ਕਿੰਨੇ ਲੋਕ ਸ਼ਾਮਿਲ ਹੋ ਸਕਦੇ ਨੇ ਇਹਦੇ ਵਿੱਚ? ਜਿਸ ਤਰ੍ਹਾਂ ਕੋਈ ਉਹਨਾਂ ਦੇ ਗਾਹਕ ਸੀ ਔਰ ਹੋਰ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਆ ਜਿਹੜਾ ਕਿ ਚੇਤਾਵਨੀ ਦਿੱਤੀ ਗਈ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ।